ਤੁਹਾਨੂੰ ਸਾਰੇ ਦੋਸਤਾਂ ਨੂੰ ਪਤਾ ਕਿ ਪਿਛਲੇ ਦਿਨਾਂ ਦੇ ਵਿੱਚ ਪਾਕਿਸਤਾਨ ਦੇ ਇੱਕ ਮੌਲਵੀ ਮੌਲਾਨਾ ਸੁਲੇਮਾਨ ਮਿਸਬਾਈ, ਉਹਨਾਂ ਨੇ ਸਿੱਖਾਂ ਦੇ ਬਾਰੇ ਬੜੇ ਅਜੀਬ ਜਿਹੇ ਅਲਫਾਜ਼ ਬੋਲੇ। ਉਹਨਾਂ ਨੇ ਆਖਿਆ ਕਿ ਜੀ ਸਿੱਖ ਲੋਕ ਵਾਲ ਨਹੀਂ ਕਟਾਉਂਦੇ, ਇਹਨਾਂ ਕੋਲ ਬੜੀ ਬੋ ਆਉਂਦੀ ਹੈ, ਇਹ ਇਹਨਾਂ ਦੇ ਗੁਰੂ ਜਿਹੜੇ ਉਹ ਵਾਲ ਨਹੀਂ ਕਟਾਉਂਦੇ ਸੀ। ਬਹੁਤ ਸਾਰੇ ਸਿੱਖਾਂ ਦਾ ਇਸ ਵਜ੍ਹਾ ਤੋਂ ਦਿਲ ਦੁਖਿਆ, ਲੇਕਿਨ ਹੁਣ ਉਹਨਾਂ ਨੇ ਇੱਕ ਸਿੱਖ ਕੋਲ ਜਾ ਕੇ ਮਾਫ਼ੀ ਮੰਗੀ। ਇੱਕ ਵੀਡੀਓ ਪੈਗਾਮ ਦੇ ਜ਼ਰੀਏ ਉਹਨਾਂ ਨੇ ਆਖਿਆ ਕਿ ਸਿੱਖ ਲੋਕਾਂ ਕੇ ਮੇਰੀ ਮਾਜ਼ਰਤ, ਮੈਂ ਮਾਫ਼ੀ ਮੰਗਣਾ ਵਾਂ, ਅਤੇ ਮੈਂ ਉਮੀਦ ਕਰਨਾ ਕਿ ਸਿੱਖ ਲੋਕ ਇਸ ਚੀਜ਼ ਨੂੰ ਮਾਫ਼ ਵੀ ਕਰ ਦੇਣਗੇ, ਕਿਉਂਕਿ ਸਿੱਖਾਂ ਦੇ ਦਿਲ ਬੜੇ ਵੱਡੇ ਹੁੰਦੇ ਨੇ। ਅਤੇ ਹੁਣ ਆਪਾਂ ਦੇਖਣਾ ਕਿ ਉਹ ਵੀਡੀਓ ਦੇ ਵਿੱਚ ਕੀ ਕਹਿ ਰਹੇ ਨੇ, ਐਂਡ 'ਤੇ ਗੱਲਬਾਤ ਕਰਨੇ ਆ ਦੋਸਤ। ਉਹ ਅੱਲਾ ਮਾਫ਼ੀ ਦੇ, ਇਤਨੇ ਗੰਦੇ ਹੈ ਹਜ਼ਰਤ ਕੋ, ਹਜ਼ਰਤ ਇੱਕ ਜੜੀ ਉਹਨਾਂ ਹੈ, ਕਿ ਬੜੇ ਸਿੱਖ ਮੁਸਲਮਾਨ ਕਰਦੇ ਨੇ, ਇਨਸ਼ਾ ਅੱਲਾ ਅੱਗੇ ਵਧੇ ਮਲੀ ਕੇ ਸਾਥ ਇਸ ਬਾਤ ਕੋ ਅੱਗੇ ਨਾ ਜਾਣਦੇ। ਇਤਨੀ ਹਜ਼ਰਤ ਉਨਕੇ ਇਹ ਜੋ ਬਗਲੋਂ ਕੇ ਬਾਲ ਹੈ ਇੱਧਰ ਲਪੇਟੇ, ਤੋ ਆਪ ਤਸੱਵੁਰ ਕਰੇ ਜ਼ੇਰੇ ਨਾਮ ਬਾਲੋਂ ਕਾ ਕਿਆ, ਲੇਕਿਨ ਕਿਆ ਹੈ, ਉਨਕਾ ਗੁਰੂ ਹੈ, ਪਤਾ ਨਹੀਂ ਉਹ ਕਿਆ ਥਾ ਕਿਆ ਨਹੀਂ। ਜਿਤਨੇ ਵੀ ਮੈਂ ਪਹਿਲੇ ਕਿਹਾ ਹੈ ਬਾਪ ਜਿੱਥੇ ਕਿਤੇ ਵੀ ਮੌਜੂਦ ਨੇ, ਜਿਹਨਾਂ ਦਾ ਜੀ ਇਸ ਵੀਡੀਓ ਦੇ ਵਿੱਚ ਉਹਨਾਂ ਦਿਲ ਦੁਖਿਆ, ਮੈਂ ਉਹਨਾਂ ਸਾਰੇ ਨੂੰ ਉੱਥੇ ਜਿਹੜਾ ਮਾਜ਼ਰਤ ਕਰਨਾ। ਫੁੱਲਾਂ ਉੱਤੇ ਬੁਲ ਬੁਲ ਬਹਿ ਕੇ ਜੀ ਕਿਸੇ ਦੇ ਗਾਏ, ਇਸ਼ਕ ਕਹਾਣੀ ਮੁੱਕਦੀ ਨਹੀਂ ਜੇ ਕੁਛ ਨਹੀਂ। ਅਲਹਮਦੁਲਿਲਾ ਮੇਰੇ ਪੀਰੋ ਮੁਰਸ਼ਿਦ ਵੀ ਮੌਜੂਦ ਨੇ ਔਰ ਸਰਦਾਰ ਸਾਹਿਬ ਵੀ ਮੌਜੂਦ ਨੇ। ਉਹ ਵੀਡੀਓ ਜਿਹਨੂੰ ਅਪਲੋਡ ਕਰਕੇ ਫਿਤਨਾ ਪਾਉਣ ਦੀ ਕਾਫੀ ਜ਼ਿਆਦਾ ਕੋਸ਼ਿਸ਼ ਕੀਤੀ ਹੈ ਔਰ ਕੁਛ ਹਾਲਾਤ ਕਸ਼ੀਦਾ ਹੋਏਗੀ। ਅੱਲਾ ਬਸ ਸਾਨੂੰ ਸਾਰਿਆਂ ਨੂੰ ਆਪਣੀ ਹਿਫਾਜ਼ਤ 'ਚ ਰੱਖੇ। ਪਾਕਿਸਤਾਨ, ਇੰਡੀਆ, ਕੈਨੇਡਾ, ਇੰਗਲੈਂਡ ਜਾਂ ਜਿੱਥੇ ਕਿਤੇ ਵੀ ਸਿੱਖ ਕਮਿਊਨਿਟੀ ਮੌਜੂਦ ਹੈ, ਜ਼ਾਹਿਰ ਉਸ ਵੀਡੀਓ ਦਾ ਮਕਸਦ ਹੀ ਫਿਤਨਾ ਪਾਉਣਾ ਸੀ ਔਰ ਫਿਰ ਉਸ ਵੀਡੀਓ ਦੀ ਵਜ੍ਹਾ ਨਾਲ ਕਾਫੀ ਜ਼ਿਆਦਾ ਜਿਹੜੀ ਸਿੱਖ ਕਮਿਊਨਿਟੀ ਹੈ ਉਹਨਾਂ ਦੀ ਦਿਲ ਆਜ਼ਾਦੀ ਵੀ ਹੋਈ। ਅੱਲਾ ਸਾਡੇ ਸਾਰਿਆਂ 'ਤੇ ਰਹਿਮ ਫਰਮਾਏ। ਅੱਲਾ ਸਾਨੂੰ ਸਾਰਿਆਂ ਨੂੰ ਰੱਬ ਔਰ ਰੱਬ ਦੇ ਰਸੂਲ ਦੇ ਰਸਤੇ 'ਤੇ ਚੱਲਣ ਦੀ ਤੌਫੀਕ ਅਤਾ ਕਰੇ ਔਰ ਜਿਤਨੇ ਵੀ ਇਸ ਤਰ੍ਹਾਂ ਦੇ ਫਿਤਨੇ ਇਸ ਅਮਨ ਨੂੰ, ਇਸ ਮੁਹੱਬਤ ਨੂੰ ਔਰ ਦੀਨ ਦੇ ਕੰਮ ਨੂੰ ਰੋਕਣ ਵਾਸਤੇ ਬਰਪਾ ਕੀਤੇ ਜਾਂਦੇ ਨੇ, ਅੱਲਾ ਸਾਨੂੰ ਉਹਨਾਂ ਤੋਂ ਮਹਿਫੂਜ਼ ਰੱਖੇ। ਅਤੇ ਗੱਲ ਜਿਹੜੀ ਮੁੱਦਾ ਇਹਦੀ ਉਹ ਹੈ ਕਿ ਜਿਤਨੇ ਵੀ ਉਹ ਅਹਬਾਬ, ਜ਼ਾਹਿਰ ਵੀ ਸਾਨੂੰ ਆਪਣੇ ਗੁਰੂ ਉਸਤਾਦ ਪੀਰ ਆਪਣੇ ਪੇਸ਼ਵਾ ਨਾਲ ਪਿਆਰ ਹੁੰਦਾ ਹੈ, ਨਾ ਸਾਡਾ ਨਜ਼ਰੀਆ ਇਸ ਤਰ੍ਹਾਂ ਦਾ, ਨਾ ਸਾਡੀ ਕੁਤਾਲੀ ਮੁਤਬੀਅਤ ਇਸ ਤਰ੍ਹਾਂ ਦੀ ਕੀਤੀ ਗਈ, ਨਾ ਸਾਨੂੰ ਸਾਡੇ ਪੀਰੋ ਮੁਰਸ਼ਿਦ ਨੇ ਸਿਖਾਇਆ, ਲੇਕਿਨ ਬਣਾ ਦਿੱਤੀ ਗਈ। ਹੁਣ ਮਕਸਦ ਹੈ ਵੀ ਕਿ ਸਿਲਸਿਲੇ ਨੂੰ ਖਤਮ ਕੀਤਾ ਜਾਏ। ਜਿਤਨੇ ਵੀ ਮੈਂ ਪਹਿਲੇ ਕਿਹਾ ਹੈ ਅਹਬਾਬ ਜਿੱਥੇ ਕਿਤੇ ਵੀ ਮੌਜੂਦ ਨੇ, ਜਿਹਨਾਂ ਦਾ ਵੀ ਇਸ ਵੀਡੀਓ ਦੀ ਵਜ੍ਹਾ ਨਾਲ ਦਿਲ ਦੁਖਿਆ, ਮੈਂ ਉਹਨਾਂ ਸਾਰਿਆਂ ਨੂੰ ਉੱਥੇ ਜਿਹੜਾ ਮਾਜ਼ਰਤ ਕਰਨਾ। ਅੱਲਾ ਸਭ ਦੀ ਖੈਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਇੱਕ ਕਾਫੀ ਦਿਨਾਂ ਤੋਂ ਇੱਕ ਵੀਡੀਓ ਸੀ ਚਰਚਾ ਦੇ ਵਿੱਚ ਸੀ, ਇਹਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਤੇ ਸਾਡੇ ਕੇਸਾਂ ਦੀ ਬੇਅਦਬੀ ਦਾ ਮਸਲਾ ਚੱਲ ਰਿਹਾ ਸੀਗਾ। ਜਿਨ੍ਹਾਂ ਦੀ ਉਹ ਵੀਡੀਓ ਸੀਗੀ ਉਹ ਅੱਜ ਸੁਲੇਮਾਨ ਮਿਸਬਾਈ ਜਿਹੜੇ ਹਾਫਿਜ਼ ਸਾਹਿਬ ਨੇ ਉਹ ਆਏ ਨੇ ਸਾਡੇ ਕੋਲ ਆ ਕੇ, ਉਹਨਾਂ ਨੇ ਇੱਕ ਵੀਡੀਓ ਰਾਹੀਂ ਸਿੱਖ ਕੌਮ ਦੇ ਕੋਲੋਂ ਉਹਨਾਂ ਦੀ ਮਾਫ਼ੀ ਮੰਗੀ ਆ, ਉਹਦੇ ਕੋਲ ਮਾਜ਼ਰਤ ਕੀਤੀ ਗਈ ਆ। ਅਤੇ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਹੁਣ ਸਾਰੇ ਸਾਡੇ ਸਿੱਖ ਵੀਰ ਨੇ, ਜਿੰਨੇ ਵੀਰ ਨੇ ਦੁਨੀਆ ਭਰ 'ਚ ਰਹਿਣ ਵਾਲੇ, ਇਸ ਮਸਲੇ ਨੂੰ ਇੱਥੇ ਖਤਮ ਕੀਤਾ ਜਾਵੇ। ਅਤੇ ਅੱਜ ਤੋਂ ਬਾਅਦ ਉਹਨਾਂ ਦੀ ਕੋਈ ਵੀਡੀਓ ਜਾਂ ਉਹਨਾਂ ਦੇ ਖਿਲਾਫ਼ ਕੋਈ ਪੋਸਟ ਲਾਉਣ ਦੀ ਕੋਈ ਜ਼ਰੂਰਤ ਨਹੀਂ ਸਾਨੂੰ, ਕਿਉਂਕਿ ਸਾਡਾ ਜਿਹੜਾ ਪਿਆਰ ਮੁਹੱਬਤ ਆ ਕਿ ਕਿਸੇ ਦੀ ਵਜ੍ਹਾ ਨਾਲ ਖਤਮ ਨਹੀਂ ਹੋ ਸਕਦਾ। ਸਾਡੀ ਸਿੱਖ ਮੁਸਲਮਾਨ ਦੋਸਤੀ ਜਿਹੜੀ ਆ ਇਹ ਬਹੁਤ ਪੁਰਾਣੀ ਹੈ, ਸਾਡੇ ਗੁਰੂਆਂ ਦੇ ਟਾਈਮ ਦੀ ਆ, ਇਹਨੂੰ ਅੱਗੇ ਵਧਣਾ ਚਾਹੀਦਾ, ਇਹਨੂੰ ਘਟਣਾ ਨਹੀਂ ਚਾਹੀਦਾ। ਅਸੀਂ ਚਾਹੁੰਦੇ ਹਾਂ ਕਿ ਇਸ ਦਾ ਅੱਜ ਤੋਂ ਬਾਅਦ ਇਸ ਤਰ੍ਹਾਂ ਦੀ ਕੋਈ ਵੀ ਸਿੱਖ ਕੌਮ ਦੀ ਤਰਫੋਂ ਕੋਈ ਵੀ ਵੀਡੀਓ ਸ਼ੇਅਰ ਨਹੀਂ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ। ਸੋ ਤੁਸੀਂ ਇਸ ਵੀਡੀਓ ਦੇ ਵਿੱਚ ਦੇਖਿਆ ਕਿ ਕਿਸ ਤਰ੍ਹਾਂ ਮੌਲਾਨਾ ਸੁਲੇਮਾਨ ਮਿਸਬਾਈ ਸਿੱਖ ਕੌਮ ਕੋਲੋਂ ਮਾਫ਼ੀ ਮੰਗ ਰਿਹਾ, ਜਿਨ੍ਹਾਂ ਨੇ ਇਹ ਕਿਹਾ ਸੀ ਕਿ ਸਿੱਖ ਲੋਕ ਜਿਹੜੇ ਨੇ ਉਹ ਬਗਲਾਂ ਦੇ ਵਾਲ ਨਹੀਂ ਕਟਾਉਂਦੇ, ਉਹਨਾਂ ਦੇ ਵਾਲ ਬੜੇ ਬੜੇ ਲੰਬੇ ਹੁੰਦੇ ਨੇ, ਉਹਨਾਂ ਕੋਲ ਬੋ ਆਉਂਦੀ ਹੈ। ਜ਼ਾਹਰੀ ਗੱਲ ਹੈ ਕਿਉਂਕਿ ਇਹ ਉਹਨਾਂ ਦੇ ਗੁਰੂਆਂ ਦਾ ਹੁਕਮ ਹੈ ਅਤੇ ਉਹ ਆਪਣੇ ਗੁਰੂ ਦੇ ਹੁਕਮ ਨੂੰ ਫਾਲੋ ਕਰ ਰਹੇ ਨੇ। ਬਹੁਤ ਸਾਰੇ ਸਿੱਖਾਂ ਦਾ ਇਸ ਵਜ੍ਹਾ ਤੋਂ ਦਿਲ ਵੀ ਦੁਖਿਆ ਹੋਣਾ, ਲੇਕਿਨ ਸਿੱਖਾਂ ਦਾ ਇਹ ਮੈਂ ਸੁਣਿਆ ਕਿ ਦਿਲ ਵੀ ਬਹੁਤ ਵੱਡਾ, ਜਿਸ ਤਰ੍ਹਾਂ ਮਤਲਬ ਕਿ ਉਹਨਾਂ ਦੇ ਗੁਰੂ ਬਹੁਤ ਬੜੇ ਨੇ, ਉਹਨਾਂ ਦੇ ਦਿਲ ਵੀ ਬਹੁਤ ਬੜੇ ਨੇ। ਉਮੀਦ ਹੈ ਕਿ ਸਿੱਖ ਦੋਸਤਾਂ ਨੇ ਇਸ ਮੌਲਾਨਾ ਨੂੰ ਮਾਫ਼ ਕਰ ਦਿੱਤਾ ਹੋਣਾ, ਕਿਉਂਕਿ ਮਾਫ਼ੀ ਦਇਆ ਜਿਹੜੀ ਉਹ ਸਿੱਖ ਧਰਮ ਦੇ ਅੰਦਰ ਕੁੱਟ ਕੁੱਟ ਕੇ ਭਰੀ ਹੋਈ ਹੈ। ਬਾਕੀ ਦੂਸਰੀ ਗੱਲ ਇਹ ਕਿ ਕਈ ਵਾਰੀ ਬੰਦਾ ਸਟੇਜ 'ਤੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਦਿੰਦਾ ਕਿ ਬੰਦੇ ਨੂੰ ਪਤਾ ਨਹੀਂ ਚੱਲਦਾ, ਬਾਅਦ 'ਚ ਫਿਰ ਜਦੋਂ ਉਹਦਾ ਰਿਐਕਟ ਹੁੰਦਾ ਜਾਂ ਉਸ ਚੀਜ਼ ਦਾ ਰਿਐਕਸ਼ਨ ਜਦੋਂ ਆਉਂਦਾ, ਫਿਰ ਉਹ ਬੰਦੇ ਨੂੰ ਪਤਾ ਲੱਗਦਾ ਕਿ ਮੇਰੇ ਕੋਲ ਗਲਤੀ ਹੋ ਗਈ। ਅਤੇ ਇਨਸਾਨ ਦੋਸਤੋ ਉਹ ਹੀ ਹੈ ਕਿ ਜਿਹੜਾ ਆਪਣੀ ਗਲਤੀ ਨੂੰ ਤਸਲੀਮ ਕਰ ਲਵੇ, ਸ਼ੈਤਾਨ ਆਪਣੀ ਗਲਤੀ ਨੂੰ ਤਸਲੀਮ ਨਹੀਂ ਕਰਦਾ। ਇਨਸਾਨ ਬਾਬੇ ਆਦਮ ਅਲੈਹਿਸ ਸਲਾਮ ਨੇ ਆਪਣੀ ਗਲਤੀ ਤਸਲੀਮ ਕਰ ਲਈ ਸੀ, ਉਹ ਬਖਸ਼ ਦਿੱਤਾ ਰੱਬ ਨੇ, ਅਤੇ ਸ਼ੈਤਾਨ ਜਿਹੜਾ ਹਜੇ ਤੱਕ ਉਹਨੇ ਆਪਣੀ ਗਲਤੀ ਤਸਲੀਮ ਨਹੀਂ ਕੀਤੀ। ਅਤੇ ਇਨਸਾਨ ਅਤੇ ਸ਼ੈਤਾਨ ਦੇ ਵਿੱਚ ਇਹੀ ਫਰਕ ਹੈ। ਅਤੇ ਬਾਕੀ ਹਰ ਇਨਸਾਨ ਦੇ ਅੰਦਰ ਦਇਆ, ਹਰ ਇਨਸਾਨ ਦੇ ਅੰਦਰ ਮਾਫ਼ੀ ਦਾ ਇੱਕ ਐਲੀਮੈਂਟ ਹੁੰਦਾ ਹੈ। ਉਮੀਦ ਹੈ ਕਿ ਸਿੱਖ ਦੋਸਤ ਇਹਨਾਂ ਨੂੰ ਮਾਫ਼ ਕਰ ਦੇਣਗੇ, ਕਿਉਂਕਿ ਇਹ ਵੀਡੀਓ ਜਦੋਂ ਉਹਨਾਂ ਨੇ ਬਿਆਨ ਕੀਤੀ ਸੀ, ਉਸ ਤੋਂ ਬਾਅਦ ਮੈਨੂੰ ਵੀ ਕਈ ਸਿੱਖ ਦੋਸਤ ਕਹਿੰਦੇ ਨੇ ਕਿ ਯਾਰ ਤੁਹਾਡੇ ਮੌਲਵੀ ਜਿਹੜੇ ਸਿੱਖਾਂ ਦੇ ਖਿਲਾਫ ਬੋਲਦੇ ਨੇ, ਲੇਕਿਨ ਉਹਨਾਂ ਨੇ ਮਾਫ਼ੀ ਵੀ ਮੰਗ ਲਈ। ਬਾਕੀ ਤੁਸੀਂ ਦੇਖਦੇ ਹੋ ਕਿ ਨਾਸਰ ਮਦਨੀ ਸਾਹਿਬ ਜਾਂ ਹੋਰ ਬਹੁਤ ਸਾਰੇ ਮੌਲਵੀ ਨੇ ਜਿਹੜੇ ਕਿ ਸਿੱਖਾਂ ਦੇ ਬਾਰੇ ਬਹੁਤ ਅੱਛਾ ਬੋਲਦੇ ਨੇ ਜਾਂ ਉਹ ਬਹੁਤ ਅੱਛਾ ਬਿਆਨ ਕਰਦੇ ਨੇ ਅਤੇ ਪੰਜਾਬੀ ਜ਼ਬਾਨ ਨੂੰ ਪ੍ਰਮੋਟ ਕਰਦੇ ਨੇ। ਉਮੀਦ ਹੈ ਕਿ ਤੁਹਾਨੂੰ ਇਹ ਦੋਸਤ ਵੀਡੀਓ ਪਸੰਦ ਆਈ ਹੋਏਗੀ। ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ। ਅੱਲਾ ਹਾਫਿਜ਼।